ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਵੇਂ ਵੱਡੀਆਂ ਰਵਾਇਤੀ ਪਾਰਟੀਆਂ ਦੇ ਵੱਡੇ ਦਿਗਜ ਨੇਤਾ ਆਪਣੇ ਲਈ ਵੋਟ ਮੰਗਣ ਲਈ ਰੋਡ ਸ਼ੋਅ ਵੱਡੀਆਂ-ਵੱਡੀਆਂ ਜਨ ਸਭਾਵਾਂ 'ਤੇ ਵੱਡੇ-ਵੱਡੇ ਵਾਅਦੇ ਕਰਕੇ ਵੋਟਰਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਵਿੱਚ ਲੱਗੇ ਹੋਏ ਨੇ। ਉੱਥੇ ਹੀ ਅੱਜ ਅਸੀਂ ਤੁਹਾਨੂੰ ਮਿਲਾਉਂਦੇ ਹਾਂ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਇੱਕ ਅਜਿਹੇ ਅਨੋਖੇ ਉਮੀਦਵਾਰ ਨਾਲ ਜੋ ਇਸ ਵਾਰ ਲੋਕ ਸਭਾ ਚੋਣਾਂ 'ਚ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਉਤਰੇ ਨੇ। ਇਸਤੇ ਨਾਲ ਹੀ ਦੱਸਦੀ ਹੈ ਕਿ ਆਪਣੇ ਇੱਕ ਦੋ ਸਾਥੀਆਂ ਦੇ ਨਾਲ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ अनोखे ਇਸ ਲਈ ਨੇ ਕਿਉਂਕਿ ਉਹ ਦਿੱਲੀ ਵੈਸਟ ਤੋਂ ਵੀ ਆਪਣਾ ਚੋਣ ਮੈਦਾਨ ਦੇ ਵਿੱਚ ਨੇ ਤੇ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਵੀ ਹੈ ਹਰ ਇੱਕ ਹੀ ਉल्लू ਕਾਫੀ ਹੈ ਬਦਨਾਮ ਗੁਲਸਤਾਨ ਕਰਨੇ ਕੋ ਹਰ ਸ਼ਾਖ पे ਉल्लू ਬੈਠਾ ਹੈ ਅੰਜ਼ਾਮੇ ਗੁਲਸਤਾਨ ਕੀਆ ਹੋਗਾ ਮੈਂ ਤੁਹਾਡੇ ਰਹੀ ਇਸ ਟੀਵੀ ਚੈਨਲ ਦੇ ਰਹੀ ਏ ਓਪਨ ਚੈਲੰਜ ਕਰਦਾ ਨਰਿੰਦਰ ਮੋਦੀ ਹੈ ਰਾਹੁਲ ਗੋਂਦੀ ਹੈ ਕੇਜਰੀ ਵਾਲੇ ਕੋਈ ਵੀ ਪਾਰਟੀ ਹੈ ਮੈਂ ਖੁੱਲੀ ਬੈਠਣਾ ਲਾਈਵ ਟੈਲੀਕਾਸਟ ਕਰੋ ਫਿਰ ਮੈਂ ਦੱਸਾਂਗਾ ਕਿਹੜੀ ਕਿਹੜੀ ਪਾਰਟੀ ਕਿੱਥੇ ਕਿੱਥੇ ਘੜੀ ਹੈ ਮੈਂ ਸਾਰਿਆਂ ਦਾ ਬਹੁਤ ਹੀ ਦਿਲ ਤੋਂ ਸਮਰਥਨ ਕਰ ਰਿਹਾ ਕਿਉਂਕਿ ਇਹਨਾਂ ਨੇ 36 ਸਾਲ ਬੇਦਗ ਬਿਜਲੀ ਬੋਰਡ ਵਿੱਚ ਨੌਕਰੀ ਕੀਤੀ ਹੈ ਤੇ ਬਿਲਕੁਲ ਮਰਿਆਦਾ ਨੇ ਗੁਰ ਸਖਚੇਰਾਂ ਨੇ ਇਸ ਲਈ ਮੈਂ